بسم اللہ الرحمن الرحیم. السلام علیکم ویریو, تسی اپنا سرکیاں چینل دے میں تہاڈا میزبان رشان ਭਰਾਵਾਂ ਵਾਸਤੇ ਰੋਜ਼ਾਨਾ ਦੇ ਨਵੇਂ ਤੇ ਨਵੇਂ ਤੇ ਅੱਛੇ ਤੇ ਅੱਛੇ ਵੀਡੀਓ ਲੈ ਕੇ ਹਾਜ਼ਰ ਹੋਵੇ ਦਾ ਉਮੀਦ ਕਰਨਾ. ਇਨਸ਼ਾਅੱਲਾ ਭਰਾਵਾਂ ਨੂੰ ਵੀਡੀਓ ਪਸੰਦ ਆਉਂਦੀ ਹੈ, ਵੀਡੀਓ ਨੂੰ ਲਾਈਕ ਵੀ ਕਰ ਦਿਓ, ਵੀਡੀਓ ਨੂੰ ਸ਼ੇਅਰ ਵੀ ਕਰ ਦਿਓ. ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਕਰਨਾ ਸਬਸਕ੍ਰਾਈਬ ਔਰ ਬੈਲ ਆਈਕਨ ਦਾ ਬਟਨ ਜਿਹੜਾ ਜ਼ਰੂਰ ਦਬਾ ਲੈਣਾ ਤਾਂ ਕਿ ਸਾਡੀ ਆਉਣ ਵਾਲੇ ਨਵੇਂ ਤੋਂ ਨਵੇਂ ਵੀਡੀਓ ਜਿਹੜੀ ਹੈ ਭਰਾਵਾਂ ਤੱਕ ਆਸਾਨੀ ਪਹੁੰਚ ਸਕੇ. ਵੀਡੀਓ ਜਿਹੜੀ ਬਣਾਉਣ ਲੱਗੀਆਂ ਵੀਡੀਓ ਇਸ ਤਰ੍ਹਾਂ ਭਾਈ ਆਸਨ ਜੱਟ ਦੀ ਵੀਡੀਓ ਬਸ ਸਿਲਸਿਲਾਵਾਰ ਵੀਡੀਓ ਜਿਹੜਾ ਨਾ ਤੁਸੀਂ ਵੇਖਦੇ ਪਏ ਹੋ, ਇਹਨਾਂ ਦੀ ਵੀਡੀਓ ਜਿਹੜੀ ਹੈ ਨਾ ਅਪਲੋਡ ਹੁੰਦੀ ਪਈ ਹੈ. ਬਾਕੀ ਵੀਡੀਓ ਦਾ ਐਡਰੈਸ ਹੈ ਜੇ ਕਿ ਜ਼ਿਲ੍ਹਾ ਤਹਿਸੀਲ ਗੁਜਰਾਤ ਹੈ ਔਰ ਪਿੰਡ ਜਿਹੜਾ ਜੀ ਇਹਨਾਂ ਦਾ ਕੋਟਲਾ ਸਰੀਆਂ ਦਾ ਲੋਕੇਸ਼ਨ ਹਰ ਵੀਡੀਓ ਚ ਦੱਸੇ ਜੀ. ਕਿਸੇ ਵੀ ਭਰਾ ਬਣਾ ਹੋਵੇ ਗੁਜਰਾਤ ਤੋਂ ਨਿਕਲ ਕੇ ਆ ਜਾਣਾ ਖੋਖੇ ਸਾਹਿਬ ਤੇ ਔਰ ਖੋਖੇ ਸਾਹਿਬ ਤੋਂ ਅੱਗੇ ਤਕਰੀਬਨ ਜਿਹੜਾ ਨਾ 5 ਕਿਲੋਮੀਟਰ ਤੋਂ ਬਾਅਦ ਜਿਹੜਾ ਨਾ ਇਹਨਾਂ ਦਾ ਪਿੰਡ ਆਉਂਦਾ, ਇਹੀ ਇਹਨਾਂ ਦੇ ਲੋਕੇਸ਼ਨ ਤੇ ਬਾਕੀ ਜਿਹੜੀ ਗੱਲਬਾਤ ਹੈ ਡੰਗਰਾਂ ਦੀ ਉਹ ਸਾਰੀ ਇਨਸ਼ਾਅੱਲਾ ਭਾਈ ਆਸਨ ਨਾ ਕਰ ਲਾਂਦੇ ਪੁੱਛ ਲਾਂਦੇ ਕਿ ਕਿੰਨੇ ਨੇ ਡੰਗਰ ਜਿਹੜੇ ਅੱਜ ਉਹਨਾਂ ਨੇ ਵੀਡੀਓ ਚ ਲਾਣੇ ਨੇ, ਡੰਗਰ ਵੇਖ ਲੈਣੇ ਨੇ. ਅਗਲੀ ਗੱਲਬਾਤ ਜਿਹੜੀ ਉਹ ਜਿਹੜੇ ਜਿਹੜੇ ਭਰਾ ਨੂੰ ਪਸੰਦ ਆਵੇ ਨੰਬਰ ਸਕਰੀਨ ਤੇ ਲਾ ਜਾਣਾ, ਰਾਬਤਾ ਕਰਕੇ ਆਪਣਾ ਸੌਦਾ ਜਿਹੜਾ ਜੀ ਪੈਨ ਕਰ ਲੈਣਾ ਤੇ ਅੱਲਾ ਪਾਕ ਰੱਖੇ ਹੈਰ ਤੇ ਬਿਲਾ ਤੱਕੀ ਜਿਹੜਾ ਨਾ ਵੀਡੀਓ ਕਰਨੇ ਜੀ ਸ਼ੁਰੂ. ਅਸਲਾਮ ਅਲੈਕਮ ਜੀ. ਜੀ ਵਾਲੇਕਮ ਸਲਾਮ. ਹਾਂਜੀ ਭਾਈ ਹਸਨ, ਕੀ ਹਾਲ ਹੈ ਜੀ? ਭਾਜੀ ਠੀਕ ਠਾਕ, ਸਿਹਤ ਵੀ ਹੈ ਠੀਕ ਹੈ ਜੀ. ਮੌਜੀ ਮੌਜਾ ਨੇ. ਲੋ ਜੀ ਭਾਈ ਹਸਨ, ਕਿੰਨੇ ਨੇ ਡੰਗੇ ਜਿਹੜੇ ਲਾਣੇ? ਭਾਜੀ 4 ਝੋੜੀ ਪਹਿਲਣ ਦੀ ਗਾਂ ਜੀ. ਵੈਰੀ ਗੁੱਡ ਜੀ, ਝੋੜੀਆਂ 4 ਪਹਿਲਣਾਂ ਨੇ? 4 ਪਹਿਲਣਾਂ ਨੇ. ਠੀਕ ਹੋ ਗਿਆ ਜੀ. ਗਾਂ ਪਹਿਲਣ ਨੇ, ਦੂਜੇ ਨੇ? ਗਾਂ ਦੂਜੇ ਤ੍ਰੀਜਣ ਜੀ. ਠੀਕ ਹੋ ਗਿਆ. ਚਲੋ ਮਜ਼ੀਦ ਉਹਦੇ ਤੇ ਜਾ ਕੇ ਪੁੱਛ ਲੈਣੇ ਆ. ਜੀ ਠੀਕ ਹੈ. ਲੋ ਜੀ ਭਾਈ ਹਸਨ, ਇੱਕ ਵਾਰੀ ਸਲਾਮ ਦਾ ਕਰੋ ਜੀ ਆਪਣੇ ਚਾਹਣ ਵਾਲਿਆਂ ਨੂੰ. ਭਾਜੀ ਸਾਰਿਆਂ ਭਰਾਵਾਂ ਨੂੰ ਸਾਡੀ ਤਰਫੋਂ ਅਸਲਾਮੁ ਅਲੈਕਮ ਜਨਾਬ. ਜੀ ਬਿਲਕੁਲ. ਜਿਹਨੇ ਭਰਾ ਵੇਖਣ ਜਿੱਥੇ ਇੱਥੇ ਬੈਠੇ ਨੇ ਭਰਾ. ਵੈਰੀ ਗੁੱਡ ਜਨਾਬ. ਦੁਨੀਆ ਦੇ ਜਿਸ ਜਿਸ ਮੁਲਕ ਜਿਸ ਜਿਸ ਖਿੱਤੇ ਵਿੱਚ ਨੇ ਸਾਰਿਆਂ ਨੂੰ ਜਨਾਬ ਸਾਡੀ ਤਰਫੋਂ ਸਲਾਮ ਹੈ. ਭਾਈ ਹਸਨ, ਨੰਬਰ 1 ਤੇ ਗਾਂ ਲਾਣੀ ਹੈ ਜੇ ਝੋਟੀਆਂ ਲਾਣੇ ਆ? ਪਹਿਲੇ ਨੰਬਰ ਕਰੀਏ ਵੀਡੀਓ ਜੀ, ਆਪ ਹੀ ਖੋਲਣੀ ਹੈ ਨਾ? ਲਓ ਜੀ ਖੋਲੋ ਜੀ ਇੱਕ ਵਾਰੀ. ਜਿਹੜਾ ਨਾ ਬਲਾਲ ਤਕਾਏ ਜਿਹੜੇ ਨਾ ਗਾਂ ਤੇ ਬਾਕੀ ਜਿਹੜੀ ਗੱਲਬਾਤ ਹੈ ਨਾ ਉਹ ਸਾਰੀ ਇਨਸ਼ਾਅੱਲਾ ਇੱਕ ਇੱਕ ਤੇ ਜਾ ਕੇ ਤਫਸੀਲ ਜਿਹੜੀ ਹੈ ਇਹ ਭਾਈ ਆਸਨ ਤੋਂ ਪੁੱਛ ਲੈਣੇ. ਲੋ ਜੀ, ਇੱਕ ਗਾਂ ਤੇ 4 ਝੋਟੀਆਂ ਜਿਹੜੀਆਂ ਨੇ ਨਾ ਅੱਜ ਦੀ ਵੀਡੀਓ ਦੇ ਵਿੱਚ ਜਿਹੜੀਆਂ ਜਨਾਬ ਭਰਾਵਾਂ ਨੂੰ ਤਕਾਣੀਆਂ ਨੇ ਔਰ ਨੰਬਰ 1 ਤੇ ਜਿਹੜਾ ਨਾ ਗਾਂ ਅੱਗੇ ਜਨਾਬ ਭਰਾਵਾਂ ਦੇ ਜਿਹੜਾ ਨਾ ਇਹ ਸਾਹਮਣੇ ਮੋਨੀ ਜਿਹੜਾ ਨਾ ਟੂਰੀ ਹਾਊਸ ਹੋ ਗਿਆ ਜਿਹੜਾ ਨਾ. ਲੋ ਜੀ ਭਾਈ ਆਸਨ, ਸੁਬਾ ਕੇ ਲਿਆ ਜੇ ਗਾਈ ਨੇ ਤੇ ਦੂਜੇ ਨੇ? ਠੀਕ ਹੈ. ਜੀ ਠੀਕ ਹੋ ਗਿਆ ਜਨਾਬ. ਨਵੀਂ ਗਾਂ? ਠੀਕ ਹੈ. ਬੱਚਾ ਕਿਹਦੇ ਮਗਰ ਇਹਦੇ? ਮਗਰ ਬੱਚਾ ਰਾਤ ਦੀ ਸੂਈ ਹੈ. ਲੋ ਜੀ, ਮਗਰ ਇਹਦੇ ਬੱਚਾ ਰਾਤ ਦੀ ਸੂਈ ਹੈ. ਤੁਰ ਸੋਗਾ ਜਿਹੜਾ ਨੇ ਇੱਕ ਵਾਰੀ ਬਲਾਲ ਨੂੰ ਦੋਵੇਂ ਸਾਈਡਾਂ ਜਿਹੜਾ ਨਾ ਇਹਦੀਆਂ ਤਕਾਣ ਦੇ ਮਗਰ ਇਹਦੇ ਬੱਚਾ ਰਾਤ ਦੀ ਜਿਹੜਾ ਨਾ ਇਹ ਜਨਾਬ ਸੂਈ ਹੈ. ਭਈ ਆਸਨ, ਕਿੰਨੀਆਂ ਚੁਆਈਆਂ ਦੀਆਂ ਕੀਤੀਆਂ ਨੇ? ਚੁਆਈ ਇੱਕੋ ਹੀ ਕੀਤੀ ਹੈ. ਇੱਕ ਹੀ ਕੀਤੀ ਹੈ? ਸੁਭਾਣ ਹੀ ਰਾਤੀ ਸੂਈ ਬਾਬਾ ਚਿਰਕੀ. ਠੀਕ ਹੋ ਗਿਆ. ਸੁਭਾ ਹੀ ਚੁਆਈ ਸਿਰਫ ਹੋਈ ਹੈ, ਦੂਜੀ ਚੁਆਈ ਕਰਨੀ ਹੈ ਨਾ? ਲੋ ਜੀ ਭਈ ਆਸਨ, ਪਹਿਲੀ ਚੁਆਈ ਚ ਕੀ ਕਬੂਲ? ਆ ਵੇਖੋ ਨਾ ਇਹ ਸਹੂ ਜਿਹੜਾ ਹੈ ਨਾ. ਨਹੀਂ ਨਹੀਂ ਆਉਣਾ ਅੱਛਾ ਹੋਏ ਜੀ. ਸਾਲਤਾ ਚੰਗੀਆਂ ਨੇ ਜਿਹੜਾ ਨਾ ਥਾਪੜਾ ਮਾਰ ਕੇ ਥੱਲੇ ਪੈ ਜਾਣਾ, ਹੱਲਣ ਨੀ ਲੱਗੀ ਆਵੇ. ਦਿਲ ਪਵੋ. ਠੀਕ ਹੋ ਗਿਆ ਜਨਾਬ. ਉਧਰ ਪਵੋ ਹੱਲਣ ਝੁੱਲਣਾ ਕੰਮ ਹੀ ਕੋਈ ਨਹੀਂ ਜੀ. ਠੀਕ ਹੋ ਗਿਆ ਭਾਈ ਹਸਨ, ਜਿਹੜੀ ਇੱਕ ਚੁਆਈ ਕੀਤੀ ਹੈ ਇੱਕ ਚੁਆਈ ਚ ਕੀ ਕਬੂਲੀ ਇਹਦੇ ਕੋਲ ਚੋਈ ਹੈ? ਜਿਹੜਾ ਜਿਹੜੀ ਪਾ ਬੋਲੀ ਚੋਈ ਨਾ ਜੀ, ਬੋਲੀ ਤਕਰੀਬਨ 8-9 ਕਿਲੋ ਚੋਈ ਹੈ. ਠੀਕ ਹੈ. ਪਹਿਲੀ ਚੁਆਈ ਪਹਿਲੀ ਇਹ ਬੱਚੇ ਦਾ ਨਾੜੂ ਨਾ ਆਏ ਰਾਤ ਦੀ ਸੂਈ ਹੈ ਜੀ. ਬਿਲਕੁਲ. ਦੂਜੀ ਚੁਆਈ ਜਿਹੜੀ ਹੈ ਨਾ ਉਹ ਇਹ ਕਰਨੀ ਹੈ. ਉਹ ਕਿਸੇ ਵੀ ਭਰਾ ਪੁੱਛਣਾ ਹੋਇਆ ਨਾ ਉਹ ਫੋਨ ਕਰਕੇ ਪੁੱਛ ਲੈਣਾ ਕਿ ਦੂਜੀ ਚੁਆਈ ਚ ਜਿਹੜਾ ਬੋਲਾ ਨਾ ਇਹ ਗਾਈ ਕੋਲੇ ਕਿੰਨਾ? ਲੋ ਜੀ ਭਈਆ ਸਨ, ਬਿਸਮਿਲ੍ਲਾ ਪੜੋ ਜਨਾਬ. ਕਿੰਨੇ ਦੀ ਗਾਂ ਤੋਂ ਸਾਡੇ ਫੜਨੇ ਆ? ਗਾਈ ਦਾ ਮੁੱਲ ਤੇ ਮੈਂ ਕਰ ਦੇ ਰਿਹਾ ਸੋਨੇ ਦਾ ਜਿਵੇਂ ਤਿਆਰ ਸੀ ਮੈਂ ਬਾਅਦ ਜੀ ਤੇ ਮੈਂ ਕਿਹਾ ਗਾਂ ਜਿਹੜੀ 6 ਲੱਖ. ਠੀਕ ਹੈ. ਜਿਹੜਾ ਤੁਹਾਨੂੰ ਦੱਸੇ ਬੋਲ ਨਹੀਂ ਹੁੰਦਾ ਕੰਮ ਹੁੰਦਾ ਜੀ. ਬਿਲਕੁਲ. ਇੱਥੇ ਗੱਲ ਹੋ ਰਹੀ. ਠੀਕ ਹੈ. ਇੱਥੇ ਗੱਲ ਹੈ ਜਿਵੇਂ ਕੋਈ ਲੰਮੀ ਗੱਲ ਨਹੀਂ, ਕੋਈ
ਝੋਟੀ ਚਾਰ ਝੋਟੀਆਂ ਨੇ ਜਨਾਬ ਪਹਿਲਣਾ ਜਿਹੜਾ ਹੈ ਨਾ ਅੱਜ ਦੀ ਵੀਡੀਓ ਦੇ ਵਿੱਚ ਜਿਹੜੀਆਂ ਜਨਾਬ ਲੱਗਣੀਆਂ ਨੇ ਨੰਬਰ ਇੱਕ ਆ ਗਈ ਜਨਾਬ ਝੋਟੀ ਜਿਹੜੀ ਹੈ ਨਾ ਪਹਿਲਣ ਔਰ ਭਈਆ ਸਨ ਇਹ ਮੂੰਹ ਚੁੱਕੇ ਜੇ ਝੋਟੇ ਚੌਕੀ ਭਾਜ ਮੂੰਹ ਲਓ ਜੀ ਮੂੰਹ ਚੂ ਇਹ ਵੀ ਕੱਲ ਦੀ ਸੁਣੀ ਠੀਕ ਹੋ ਗਿਆ ਜੀ ਪਰਸੋਂ ਦੀ ਠੀਕ ਹੈ ਇਹ ਪਰਸੋਂ ਦੀ ਸੁਣੀ ਇਹਦੀਆਂ ਕਿੰਨੀਆਂ ਚੋਈਆਂ ਹੋਈਆਂ ਨੇ ਇਹਦੀਆਂ ਮੇਰੇ ਖਿਆਲ ਤ੍ਰੀਜੀ ਹੋਣੀ ਠੀਕ ਹੋ ਗਿਆ ਜਨਾਬ ਵੈਰੀ ਗੁੱਡ ਜਨਾਬ ਬੱਚਾ ਕਿਸ ਮਗਰ ਲੋ ਜੀ ਮਗਰ ਇਹਦੇ ਜਨਾਬ ਕੱਟਾ ਤੀਸਰੀ ਚੁਆਈ ਜਨਾਬ ਝੋਟੀ ਦੀ ਕਰਨੀ ਹੈ ਦੋ ਚੁਆਈਆਂ ਜਿਹੜੀਆਂ ਨੇ ਨਾ ਇਸ ਝੋਟੀ ਦੀ ਹੋਈਆਂ ਨੇ ਪਈਆ ਸਨ ਇਹ ਪਹਿਲੀ ਚੁਆਈ ਚ ਇੱਕ ਬੋਲ ਹੈ ਤੇ ਇੱਕ ਬੋਲੀ ਚੁਆਈ ਹੈ ਜਿਹੜਾ ਦੁੱਧ ਪਹਿਲਾਂ ਝੋਟੀ ਆਵੇ ਉਹ ਢਾਈ ਤਰ੍ਹਾਂ ਫੇਰੀ ਠੀਕ ਹੈ ਜਾਨ ਨੂੰ ਆ ਕੇ ਇੰਨੇ ਚੋਏ ਅਸੀਂ ਉੱਤੇ ਨਹੀਂ ਠੀਕ ਹੋ ਗਿਆ ਜਨਾਬ ਜਿਹੜਾ ਚੋਏ ਹੈ ਨਾ ਉਹ ਦੱਸ ਹੈ ਹਾਜ਼ਰ ਇਸ ਟਾਈਮ ਕਿੰਨਾ ਕੁ ਇਹਦੇ ਕੋਲ ਬੋਲਿਆ ਹੈ ਦੋ ਢਾਈ ਦੋ ਕਿਸੇ ਦੁੱਧ ਚੋ ਲੈਂਦੇ ਹਾਂ ਠੀਕ ਹੋ ਗਿਆ ਜੀ ਅਗਲਾ ਪਿਛਲਾ ਛੱਡ ਦਿਓ ਜਾਂ ਗਾੜੀ ਛੱਡ ਦਿਓ ਬੱਚੇ ਨੂੰ ਅਸੀਂ ਬੱਚਾ ਵੀ ਰਾਜਰੇ ਦਾ ਪਿੱਛੋਂ ਚੋ ਲੈਂਦੇ ਹਾਂ ਜੀ ਠੀਕ ਹੋ ਗਿਆ ਜਨਾਬ ਦੋ ਤੋਂ ਢਾਈ ਕਿਲੋ ਜਿਹੜਾ ਹੈ ਨਾ ਇਹਦੇ ਕੋਲੇ ਚਵਾਈ ਹੁੰਦੀ ਹੈ ਜਿਹੜਾ ਹੈ ਨਾ ਇੱਧਰ ਆਵਣ ਦੋ ਨਾ ਬਲਾਲ ਨੂੰ ਇੱਕ ਵਾਰੀ ਲਬਾ ਸਾਣ ਵਹਾ ਲੈਣ ਤੋਂ ਬਾਅਦ ਬੱਚਾ ਜਿਹੜਾ ਹੈ ਨਾ ਨਾਲ ਹੀ ਵਹਾ ਲਈ ਨਾਲ ਹੀ ਜਨਾਬ ਬੱਚਾ ਵਹਾ ਸਾਣ ਲੋ ਜੀ ਲਬਾਸ ਖਾਣ ਝੋਟੀ ਪਹਿਲਣ ਦਾ ਜਿਹੜਾ ਹੈ ਨਾ ਇਹ ਭਰਾਵਾਂ ਨੇ ਜਨਾਬ ਬੱਚਾ ਕਰ ਲੈਣਾ ਝੋਟੀ ਜਨਾਬ ਕਿਸੇ ਭਰਾ ਨੂੰ ਪਸੰਦ ਆਵੇ ਨਾ ਇਹ ਕਿੰਨੇ ਦੀ ਜਨਾਬ ਨੇ ਝੋਟੀ ਦੇ ਸਕਣੀ ਝੋਟੀ ਭਾਅ ਸਸਤੀ ਦੇਣੀ 3,45,000 ਦੀ ਵੈਰੀ ਗੁੱਡ ਜਨਾਬ ਜਿਸ ਭਰਾ ਨੂੰ ਪਸੰਦ ਆਵੇ 3,40,000 ਤੇ 5,45,000 ਝੋਟੀ ਨੰਬਰ ਜਿਹੜੀ ਇੱਕ ਹੈ ਨਾ ਇਹ ਦੇ ਸਕਣੀ ਹੈ ਆਏ ਦੀ ਕਦਰ ਜਿਹੜੀ ਹੈ ਇਹ ਜ਼ਰੂਰ ਹੋਵੇਗੀ ਲੋ ਜੀ ਅੱਗੇ ਕਹੋ ਜੀ ਝੋਟੀ ਨੰਬਰ ਜਿਹੜੀ ਹੈ ਇਹਨਾਂ ਦੀ ਦੋ ਪਹਿਲਣ ਰੁਪਈਆ ਸੁਣ ਮੁੱਝ ਪੇਜ ਹੈ ਇਹ ਵੀ ਚੌਕੀ ਚੌਕੀ ਹੈ ਠੀਕ ਹੋ ਗਿਆ ਜੀ ਚਲੋ ਜੀ ਇੱਕ ਵਾਰੀ ਝੋਟੀ ਜਿਹੜਾ ਨਾ ਚੌਕੀ ਔਰ ਪਹਿਲਣ ਜਿਹੜਾ ਹੈ ਨਾ ਭਈਆ ਸੁਣ ਇਹ ਕਿੰਨੇ ਕੁ ਦਿਨਾਂ ਦੀ ਝੋਟੀ ਸੋਈ ਹੈ ਠੀਕ ਹੋ ਗਿਆ ਜਨਾਬ ਮੈਲਾ ਛੇੜਾ ਸੱਟ ਗਈ ਹੈ ਨਾ ਸੁਬਹ ਤਰਵੇ ਮੁਕੰਮਲ ਹੈ ਦੁੱਧ ਲੱਗੀ ਹੈ ਨਾ ਬੱਚਾ ਕੇ ਜੇ ਮਗਰ ਇਹਦੇ ਮਗਰ ਕੱਟੀ ਜੇ ਲੋ ਜੀ ਮਗਰ ਇਹਦੇ ਜਨਾਬ ਝੋਟੀ ਦੇ ਕੱਟੀ ਜਿਹੜਾ ਨਾ ਭਈਆ ਸਰ ਇਹ ਕੀ ਕੁ ਦੁੱਧ ਹੈ ਸਰ ਝੋਟੀ ਕੋਲ ਆਏ ਹਾਜ਼ਰ ਜਿਹੜਾ ਪੂਰਾ ਹੋਦਾ ਤਰਾਇਆ ਸਰ ਦੁੱਧ ਠੀਕ ਹੈ ਜੀ ਠੀਕ ਹੋ ਗਿਆ ਪਿਛਲੀ ਜੋੜੀ ਦਾ ਜੀ ਠੀਕ ਹੋ ਗਿਆ ਪਿਛਲੀ ਜੋੜੀ ਦਾ ਜਨਾਬ 6 ਕਿਲੋ ਜਿਹੜਾ ਨਾ ਇਹ ਹਾਜ਼ਰ ਮੌਕਿਆ ਝੋਟੀ ਨੰਬਰ ਜਿਹੜੀ 2 ਹੈ ਨਾ ਇਹਦੇ ਕੋਲ ਮੌਜੂਦ ਹੈ ਮਗਰ ਇਹਦੇ ਜਨਾਬ ਕੱਟੀ ਨੰਬਰ 1 ਦੇ ਮਗਰ ਕੱਟਿਆ ਔਰ ਨੰਬਰ 2 ਜਿਹੜੀ ਹੈ ਨਾ ਇਹਦੇ ਮਗਰ ਜਨਾਬ ਕੱਟੀ ਹੈ ਹਾਈਟ ਵੇਲ ਔਰ ਰੰਗ ਝੋਟੀ ਦਾ ਜਿਹੜਾ ਨਾ ਕਾਲੀ ਨੱਚ ਕਾਲੀ ਜਿਹੜਾ ਰੰਗ ਵੀ ਚੈੱਕ ਕਰ ਲੈਣਾ ਪਈਆ ਤਾਂ ਨਾ ਇਹ ਕਿੰਨੇ ਦੀ ਜਨਾਬ ਨੇ ਝੋਟੀ ਦੇ ਸਕਣੀ ਹੈ ਭਾਜੀ ਇਹ ਝੋਟੀ ਜਿਹੜੀ ਹੈ ਨਾ ਜੀ ਦੇਣੀ ਹੈ 3,40,000 ਵੈਰੀ ਗੁੱਡ ਜਨਾਬ ਜਿਸ ਭਰਾ ਨੂੰ ਜਿਸ ਭਰਾ ਨੂੰ ਪਸੰਦ ਆਵੇ 3,40,000 ਰੁਪਈਏ ਦੀ ਝੋਟੀ ਫਾਈਨਲ ਦੇਣੀ ਹੈ ਘੱਟ ਨਹੀਂ ਦੇਣੀ ਵੈਰੀ ਗੁੱਡ ਜਨਾਬ ਇਹਦਾ ਪੱਕਾ ਪੀਟਾ ਮੋਲ ਹੈ ਮਗਰ ਕੱਟੀ ਹੈ ਦੇ ਮਗਰ ਦੇ ਕੱਟੀ ਹੈ ਠੀਕ ਹੋ ਗਿਆ ਜਨਾਬ ਲੋ ਜੀ ਅੱਗੇ ਕੋਲੋਂ ਜੀ ਝੋਟੀ ਜਿਹੜੀ ਹੈ ਨਾ ਜੀ ਨੰਬਰ 3 ਜਿਹੜੀ ਹੈ ਨਾ ਪਹਿਲਾਂ ਝੋਟੀ ਮੂੰਹ ਚ ਪੇਜ ਹੈ ਨਾਲ ਨਾ ਖੜੀ ਨੀ ਉਹਨੇ ਠੀਕ ਹੋ ਗਿਆ
ਲਿਆ ਗਿਆ ਸੌਦਾ ਸਾਡਾ, ਠੀਕ ਹੋ ਗਿਆ ਜਨਾਬ ਤੇ ਨਹੀਂ ਨਹੀਂ ਭਾੜੇ ਲੱਗੀ ਹੈ ਨਾ, ਮੈਂ ਪਹਿਲਾਂ ਇੱਥੇ ਬੈਠਿਆ ਸਾਲ ਹੀ ਨਾ, ਕੋਈ ਇਹਨੂੰ ਬੋਰਾ ਨਹੀਂ ਪਾਣਾ, ਕੋਈ ਆਟਾ ਨਹੀਂ ਪਾਣਾ, ਠੀਕ ਹੋ ਗਿਆ ਜਨਾਬ, ਇੱਥੇ ਲੁੱਟਿਆ ਕਿੱਲੇ ਤੇ ਮਿਲੇ ਨਾ, ਪੈਸਾ ਨਹੀਂ ਲੱਗੇ ਲੈਣਾ, ਇੱਥੇ ਥਾਪੜਾ ਮਾਰ ਕੇ ਇੱਥੇ ਥਾਪੜਾ ਮਾਰਨਾ, ਪਿਛਲੀ ਨੱਤਾਂ ਜੁੱਟ ਲਾ ਲੈਣਾ, ਠੀਕ ਹੋ ਗਿਆ ਜਨਾਬ, ਕੋਈ ਆਟਾ ਨਹੀਂ ਪਾਣਾ, ਕੋਈ ਕੋਈ ਸ਼ੈ ਨਹੀਂ ਪਾਣੀ, ਜੀ ਠੀਕ ਹੈ ਭਾਈ, ਅਸਨ ਪੀਕ ਦੁੱਧ ਝੋਟੀ ਕੋਲੇ ਇਸ ਟਾਈਮ ਦੁੱਧ ਇਹਦੇ ਕੋਲ ਜਿਹੜਾ ਚੁਆਈ ਚੁਆਈ ਦਾ ਹੋਣਾ ਜੀ, ਝੋਟੀ ਗਈ ਸੀ ਖੱਜਰ ਕਸਾ ਜਿਹੜੀ ਵਜ੍ਹਾ ਤੋਂ ਰਹੀ ਗਈ, ਠੀਕ ਹੈ, ਝੋਟੀ ਡਿੱਕੀ ਹੋ ਗਈ, ਡਿੱਕੀ ਹੋਣ ਦੀ ਵਜ੍ਹਾ ਤੋਂ ਝੋਟੀ ਖੱਜਰ ਗਈ, ਤੇ ਫਿਰ ਉਹਨਾਂ ਨਹੀਂ ਦਿੱਤੀ, ਨਹੀਂ ਦਿੱਤੀ, ਅੱਗੋਂ ਰਹਿੰਦੀ ਰਹਿੰਦੀ ਰਹਿ ਗਈ, ਜੀ ਠੀਕ ਹੈ, ਉਹ ਜਿਹੜੇ ਰਹਿ ਗਈ ਤੇ ਅਸੀਂ ਫਿਰ ਇਸੇ ਰੋਲੇ ਜਿਵੇਂ ਚਲੋ ਹੁਣ ਠੀਕ ਹੋ ਨਹੀਂ ਫਿਰ ਦਿੰਦੇ ਹਾਂ, ਜੀ ਠੀਕ ਹੈ, ਹੁਣ ਕਿੰਨਾ ਕੁ ਦੁੱਧ ਇਸ ਟਾਈਮ ਇਹਦੇ ਕੋਲ, ਦੁੱਧ ਹੋਣ ਜਿਹੜਾ ਮੌਜੂਦ ਹੈ 8-9 ਕਿਲੋ, ਵੈਰੀ ਗੁੱਡ ਜਨਾਬ, ਭਾਈ ਹਸਨ ਕਿੰਨੇ ਦੀ ਜਨਾਬ ਨੇ ਝੋਟੀ ਦੇ ਦੇਣੀ, ਤੇ ਝੋਟੀ ਦੇਣੀ ਹੈ ਫਾਈਨਲ, ਜਿਹਨੂੰ ਲੈ ਤੇ ਜਾਵੇ ਕੰਮ ਜਿੱਤਣ ਦਾ ਵੀ ਜਾਏ, ਇਹ ਵੀ 3-5 ਦੇ ਦਾ, ਉਹ ਚਲੋ ਬੱਬਰ ਚਿਹਰਾ, ਇਹ ਵੀ ਜਿਸ ਭਰਾ ਨੂੰ ਪਸੰਦ ਆਵੇ 3,40,000 ਰੁਪਈਏ ਦੀ ਦੇ ਸਕਣੀ, ਤੇ ਬਿਲਾਲ ਬਹੁ ਜਿਹੜਾ ਨੇ ਇੱਕ ਵਾਰੀ ਬੱਚੇ ਜਿਹੜੇ ਨੇ ਨਾ ਦੋਵੇ, ਇਹ ਕੱਟਾ ਤੇ ਕੱਟੀ ਜਿਹੜੀ ਹੈ ਨਾ ਇਹ ਭਰਾਵਾਂ ਨੂੰ ਤਕਾ ਸਕ, ਲਓ ਜੀ ਇਸੇ ਵੀਡੀਓ ਦੇ ਨਾਲ ਦਿਓ ਇਜਾਜ਼ਤ, ਇਨਸ਼ਾਅੱਲਾ ਅਗਲੀ ਵੀਡੀਓ ਦੇ ਨਾਲ ਫੇਰ ਹਾਜ਼ਰ ਹੋਵਾਂਗੇ, ਭਈਆ ਸਨ ਨਾਰਾਬਾਦ ਹੈ ਜੀ, ਪਾਕਿਸਤਾਨ ਜ਼ਿੰਦਾਬਾਦ, ਪਾਕ ਫੌਜ ਜ਼ਿੰਦਾਬਾਦ।